ਕੀ ਨਾਮ ਹੈ ਵੀਰੇ? ਗੁਰਿੰਦਰ ਸਿੰਘ। ਕੀ ਗੱਲਬਾਤ ਹੋਈ? ਰੋਡ ਦੇ ਦੀ ਬੱਸ ਦਾ ਐਕਸੀਡੈਂਟ ਹੋਇਆ। ਕਿੰਨੇ ਕੁ ਤੁਹਾਡੇ ਕੋਈ ਨੋਨ ਸੀਗੇ? ਹਾਂਜੀ ਹਾਂਜੀ, ਆਪਣੇ ਪਿੰਡ ਦੇ ਸੀਗੇ, ਮਜ਼ਦੂਰੀ ਕਰਦੇ ਸੀ ਦੋਵੇਂ ਜੀ ਜੀ। ਉਹਨਾਂ 'ਚੋਂ ਵਾਈਫ ਦੀ ਡੈਥ ਹੋ ਗਈ। ਤਾਂ ਕਿੱਥੇ ਜਾ ਰਹੇ ਸੀ ਉਹ? ਫਰੀਦਕੋਟ ਜਾ ਰਹੇ। ਫਰੀਦਕੋਟ ਜਾ ਰਹੇ ਸੀ ਬੇਟੀ ਕੋਲ। ਕਿੰਨੇ ਕੁ ਦਿਨਾਂ ਦੇ ਵਿੱਚੋਂ ਗੰਭੀਰ ਹੈ ਜਾਂ ਕੁਛ ਪਤਾ ਲੱਗਿਆ ਹਜੇ ਤੱਕ? ਕੋਈ ਪੱਕਾ ਪਤਾ ਨਹੀਂ, ਗੰਭੀਰ ਲੈ ਕੇ ਗਏ ਆ ਜ਼ਖਮੀਆਂ ਨੂੰ ਡੱਬ ਵਾਲੀ ਹਸਪਤਾਲ। ਅਤੇ ਮੌਤ ਕਿੰਨੇ ਜਣਿਆਂ ਦੀ ਹੋਈ ਵੀਰੇ? ਇੱਕ ਜਣੇ ਦੀ ਕਨਫਰਮ ਹੋ ਗਈ ਜੀ, ਇੱਕ ਲੇਡੀ ਦੀ। ਹਾਂਜੀ, ਮੇਰਾ ਨਾਮ ਜਗੀਤ ਸਿੰਘ। ਕੀ ਗੱਲਬਾਤ ਹੋਈ ਹੈ ਬਾਈ? ਗੱਲਬਾਤ ਜੀ, ਇਹ ਘਰੋਂ ਆਪਣੀ ਬੇਟੀ ਕੋਲ ਜਾ ਰਹੇ ਸੀ, ਉਹਦੇ ਕੋਲ ਗੁੜੀਆ ਹੋਈ ਸੀ ਅਤੇ ਇਹ ਉਹਨੂੰ ਦੇਖਣ ਵਾਸਤੇ ਜਾ ਰਹੇ ਸੀ, ਡੱਬ ਵਾਲੀ ਤੋਂ ਚੜ੍ਹੇ ਆ। ਕਿੱਥੇ ਜਾ ਰਹੇ ਸੀ? ਫਰੀਦਕੋਟ ਜਾ ਰਹੇ ਸੀ। ਹੁਣ ਇੱਕ ਦੀ ਤਬੀਅਤ ਜ਼ਿਆਦਾ ਖਰਾਬ ਦੱਸੀ ਯਾਰੀ? ਹਾਂਜੀ, ਇੱਕ ਦੀ ਤਾਂ ਡੈਥ ਹੋ ਗਈ ਜੀ ਸਾਡੀ ਨੌਂ ਦੀ, ਇੱਥੇ ਦੱਸ ਰਹੇ ਜੀ। ਇਸ ਤੋਂ ਮੌਕੇ ਤੋਂ ਬਾਅਦ ਹੀ ਆਏ ਜੀ ਬਠਿੰਡੇ ਲੈ ਕੇ, ਕਹਿੰਦੇ ਚੱਲੇ ਹਾਂ ਜੀ ਅਸੀਂ ਉੱਥੇ। ਇਹ ਘਟਨਾ ਹੋਈ ਹੈ, ਤੁਹਾਨੂੰ ਕਦੋਂ ਕਿੰਨੇ ਕੁ ਵਜੇ ਤੁਹਾਨੂੰ ਸੂਚਨਾ ਮਿਲੀ ਹੈ ਸਰ? ਇਹਦੇ ਵਿੱਚ ਸਾਡੇ ਕੋਲ ਇੰਟੀਮੇਸ਼ਨ ਆਈ ਹੈ ਤਕਰੀਬਨ 3 ਵਜੇ ਦੇ ਕਰੀਬ, ਜਿਹੜੀ ਕਿ ਵਿਲੇਜ ਰੂਲਦੂ ਸਿੰਘ ਵਾਲਾ ਜੇ ਕਿ ਚੌਂਕੀ ਪਦਰਾਲਾ ਦੇ ਅੰਡਰ ਪੈਂਦਾ। ਇੱਕ ਬੱਸ ਹੈ ਜਿਹੜੀ ਉਹ ਮੇਨ ਰੋਡ ਦੇ ਉੱਪਰ ਹੈ, ਪਲਟ ਕੇ ਐਕਸੀਡੈਂਟ ਹੋ ਗਿਆ ਅਤੇ ਅਸੀਂ ਮੌਕੇ 'ਤੇ ਆ ਕੇ, SSF ਦੀ ਟੀਮ 'ਤੇ ਅਸੀਂ ਮੌਕੇ 'ਤੇ ਆ ਕੇ ਜਿਹੜਾ ਵੀ ਇਹਦਾ ਦੇਖਿਆ, ਪ੍ਰਾਇਰ ਤੋਂ ਇਹ ਪਤਾ ਲੱਗਿਆ ਵੀ ਇੱਕ ਲੇਡੀ ਦੀ ਡੈਥ ਹੋਈ ਹੈ, ਜੋ ਕਿ ਮੌਕੇ ਤੋਂ ਇੱਥੋਂ ਐਂਬੂਲੈਂਸ 'ਤੇ ਅਸੀਂ ਜਿਹੜਾ ਹੋਸਪਿਟਲ ਭੇਜ ਦਿੱਤੀ ਗਈ ਹੈ ਅਤੇ ਬਾਕੀ ਜੋ ਵੀ ਇਹਦੇ ਵਿੱਚ ਸਵਾਰੀਆਂ ਪੈਸੈਂਜਰਸ ਇੰਜਰਡ ਨੇ ਉਹ ਵੀ ਹੋਸਪਿਟਲ ਦੇ ਵਿੱਚ ਐਂਬੂਲੈਂਸ ਬੁਲਾ ਕੇ ਭੇਜ ਦਿੱਤੇ ਗਏ ਨੇ ਅਤੇ ਬਾਕੀ ਜੋ ਵੀ ਕੋਈ ਇਨਫੋਰਮੇਸ਼ਨ ਹੁੰਦੀ ਆ ਉਹ ਤੁਹਾਨੂੰ ਦੱਸ। ਸਰ ਇਹਦੇ ਵਿੱਚ ਕੀ ਕਾਰਵਾਈ ਕਰ ਰਹੇ ਹੋ? ਇਹਦੇ ਵਿੱਚ ਹਜੇ ਅਸੀਂ ਜਿਹੜਾ ਕੋਈ ਮ੍ਰਿਤਕ ਹੈ ਉਹਨਾਂ ਦੇ ਬਿਆਨ ਜਾਂ ਕੀ ਉਹ ਲੈ ਰਹੇ ਹਾਂ, ਉਹ ਬੁਲਾਏ ਆ ਹਜੇ, ਜੋ ਵੀ ਇੱਥੋਂ ਪਤਾ ਲੱਗਦਾ ਕਲੀਅਰ ਹੁੰਦਾ ਤੁਹਾਨੂੰ ਦੱਸ।